ਤੁਸੀਂ ਦੇਖ ਰਹੇ ਡੇਲੀ ਪੋਸਟ ਮਾਨਸਾ ਦੇ ਪਿੰਡ ਮੂਸਾ ਦਾ ਸਿੱਧੂ ਮੂਸੇ ਵਾਲਾ ਇਸ ਦੁਨੀਆ 'ਚ ਨਹੀਂ ਰਿਹਾ ਪਰ ਬਹੁਤ ਲੋਕ ਹੈ ਜਿਹੜੇ ਅੱਜ ਵੀ ਉਹਦੇ ਜਨਮ ਦਿਨ ਤੇ ਪਹੁੰਚ ਰਹੇ ਤੇ ਖਾਸ ਤੌਰ ਤੇ ਮਾਨਸਾ ਦੇ ਵੀ ਜਿਹੜੇ ਲੋਕਲ ਲੋਕ ਨੇ ਜਿਨ੍ਹਾਂ ਦੇ ਪਰਿਵਾਰਾਂ ਦੇ ਨਾਲ ਸਿੱਧੂ ਮੂਸੇ ਵਾਲ ਮਿਲਦੇ ਰਹੇ ਕਿਉਂਕਿ ਇਲੈਕਸ਼ਨ ਵੀ ਇੱਥੇ ਕਾਂਗਰਸ ਦੇ ਲੜ ਚੁੱਕੇ ਆ ਕਾਂਗਰਸ ਦੇ ਪਾਰਟੀ ਤੋਂ ਇਲੈਕਸ਼ਨ ਲੜਿਆ ਤਾਂ ਇਹ ਪਰਿਵਾਰਾਂ ਨੂੰ ਮਿਲਦਾ ਵੀ ਰਿਹਾ ਇਹਨਾਂ ਨੂੰ ਮਿਲਦਾ ਰਿਹਾ ਅੱਜ ਤੁਸੀਂ ਦੇਖ ਰਹੇ ਹੋ ਕਿ ਇਲੈਕਸ਼ਨ ਟਾਈਮ ਤੇ ਜਿਨ੍ਹਾਂ ਨੂੰ ਬੜੇ ਨੇੜੇ ਤੋਂ ਸਿੱਧੂ ਮੂਸੇ ਵਾਲਾ ਕਹਿ ਦਈਏ ਕਿ ਮਿਲਦਾ ਰਿਹਾ ਅੱਜ ਉਹ ਵੀ ਇੱਥੇ ਪਹੁੰਚੇ ਨੇ ਉਹਦੇ ਜਨਮ ਦਿਨ ਤੇ ਕਿਉਂਕਿ ਇਹ ਲੋਕਲ ਮਾਨਸਾ ਦੇ ਨੇ ਤਾਂ ਹਰ ਕੋਈ ਬੰਦਾ ਬੇਸ਼ੱਕ ਦੂਰੋਂ ਬਹੁਤ ਦੂਰੋਂ ਦੂਰੋਂ ਲੋਕ ਆ ਰਹੇ ਆ ਪਰ ਜਿਹੜੇ ਮਾਨਸਾ ਦੇ ਨੇ ਇੱਥੋਂ ਦੇ ਲੋਕਲ ਰਹਿਣ ਵਾਲੇ ਆ ਉਹ ਵੀ ਕਿਤੇ ਨਾ ਕਿਤੇ ਇਸ ਚੀਜ਼ ਤੋਂ ਬਹੁਤ ਜ਼ਿਆਦਾ ਆਹਤ ਹੋ ਚੁੱਕਿਆ ਵੀ ਇੱਕ ਨੌਜਵਾਨ ਜਿਹੜਾ ਇਸ ਦੁਨੀਆ ਤੋਂ ਚਲਾ ਗਿਆ ਅੱਜ ਉਹਦਾ ਜਨਮ ਦਿਨ ਹੈਗਾ ਤੇ ਇੱਥੇ ਮਾਤਾ ਜੀ ਨੇ ਆਏ ਹੋਏ ਨੇ ਕਿ ਮਾਨਸਾ ਤੋਂ ਹੀ ਹੋ ਤੁਸੀਂ ਹਾਂਜੀ ਹਾਂਜੀ ਅੱਛਾ ਇਹ ਦੱਸੋ ਕਿ ਕਿੰਨੇ ਵਾਰ ਇਹਨੂੰ ਸਿੱਧੂ ਨੂੰ ਮਿਲੇ ਹੋ ਪਹਿਲਾਂ ਤੁਸੀਂ ਅਸੀਂ 15 ਵਾਰ ਮਿਲ ਚੁੱਕੇ ਹਾਂਜੀ ਫੋਟੋਆਂ ਵੀ ਖਿਚਾਈਆਂ ਜੀ ਗੱਲਾਂ ਬਾਤਾਂ ਵੀ ਕੀਤੀਆਂ ਜੀ ਇਲੈਕਸ਼ਨ ਲੜਿਆ ਸੀ ਉਹ ਲੋਕਾਂ ਦੇ ਵਿੱਚ ਹੀ ਰਹਿ ਕੇ ਆਮ ਹਾਂਜੀ ਸਾਡੀ ਕਰੋਨੀ ਚ ਸਿਲਵਰ ਸਿਟੀ ਚ ਅਸੀਂ ਰਹਿੰਦੇ ਆ ਇੱਥੇ ਗ੍ਰੀਨ ਵੈਲੀ ਚ ਅਸੀਂ ਰਹਿੰਦੇ ਸੀ ਜੀ ਸਾਡੇ ਕੋਲੇ ਬਹੁਤ ਆਉਂਦੇ ਸੀ ਨਵੇਂ ਸਾਲ ਤੇ ਲੋਹੜੀ ਤੇ ਵੈਸੇ ਵੀ ਤਿਲ ਮੰਗੇ ਉਹਨਾਂ ਨੇ ਮੈਂ ਉਹਨਾਂ ਨੂੰ ਤਿਲ ਦਿੱਤੇ ਖੁਦ ਆਂਟੀ ਆਂਟੀ ਕਰਦੇ ਸੀ ਮੈਨੂੰ ਬਹੁਤ ਮਿਲਦੇ ਸੀ ਜੀ ਅਸੀਂ ਉਹਨਾਂ ਬਹੁਤ ਵੱਡੇ ਫੈਨ ਸੀ ਉਸ ਤਾਂ ਉਹਨਾਂ ਵਰਗਾ ਸੀ ਆਪਣੇ ਆਪ ਐਂ ਸਮਝੋ ਭਾਈ ਸਾਹਿਬ ਆਪਣੇ ਹਿੰਦੁਸਤਾਨ ਦਾ ਇੱਕ ਬਹੁਤ ਵੱਡਾ ਹੀਰਾ ਖੋਲਿਆ ਕੋਹੀਨੂਰ ਹੀਰਾ ਸੀ ਇਹ ਇਸੇ ਖੇਤ ਦੇ ਵਿੱਚ ਹੀ ਕਹਿੰਦੇ ਬੈਠਾ ਇੱਥੇ ਖੇਤੀ ਕਰਦਾ ਜਮਾ ਦੇਸੀ ਦੇਖਿਆ ਜੀ ਅਸੀਂ ਆਪ ਖੁਦ ਅੱਖਾਂ ਨਾਲ ਦੇਖ ਕੇ ਗਏ ਜੀ ਉਹਨਾਂ ਨੂੰ ਅਸੀਂ ਆਉਂਦੇ ਰਹਿੰਦੇ ਸੀ ਮੂਸੇ ਪਿੰਡ ਵੀ ਇਹਨਾਂ ਨੂੰ ਮਿਲਦੇ ਰਹਿੰਦੇ ਸੀ ਅਸੀਂ ਵੋਟਾਂ ਵੇਲੇ ਜਦੋਂ ਆਉਂਦਾ ਹੈ ਉਦੋਂ ਜਾਂਦੇ ਹੋਗੇ ਤੁਸੀਂ ਵੀ ਨਾਲ ਇਹਦੇ ਕੰਪਨੀ ਹਾਂ ਜੀ ਅਸੀਂ ਨਾਲ ਗਏ ਸੀ ਵੋਟਾਂ ਵਾਸਤੇ ਹਾਂਜੀ ਮੰਮੀ ਨੇ ਵੀ ਕਿਹਾ ਵੀ ਕਹਿੰਦੇ ਲੋਕ ਆਪਣੇ ਆਪਣੇ ਸਿੱਧੂ ਦੀ ਯਾਦ ਚ ਇੱਕ ਬੂਟਾ ਜ਼ਰੂਰ ਲਾਉਣ ਤੁਹਾਨੂੰ ਲੱਗਦਾ ਕੀ ਚੀਜ਼ਾਂ ਅੱਗੇ ਆਉਣ ਜ਼ਰੂਰੀ ਚਾਹੀਦਾ ਜੀ ਬੂਟਾ ਲਾਉਣਾ ਤਾਂ ਜ਼ਰੂਰ ਚਾਹੀਦਾ ਜੀ ਵਾਤਾਵਰਨ ਨੂੰ ਬੜਾ ਪ੍ਰੇਮ ਕਰਦਾ ਖੇਤੀਬਾੜੀ ਇੱਥੇ ਪਿੰਡ ਹਾਂਜੀ ਉਹਨਾਂ ਦੀ ਕੋਈ ਗੱਲ ਹੀ ਨਹੀਂ ਸੀ ਐਡੇ ਸਿੰਗਰ ਵਾਲੀ ਸੰਤ ਤਾਂ ਕੋਈ ਲੱਗਦੀ ਨਹੀਂ ਸੀ ਸੰਤ ਐਂ ਲੱਗਦਾ ਸੀ ਜਿਵੇਂ ਆਪ ਮੇਰੇ ਬੱਚੇ ਦਾ ਨਾਲ ਸਟੂਡੈਂਟ ਸੀਗਾ ਤੇ ਸਾਡਾ ਘਰ ਵਾਲਾ ਲੱਗਦਾ ਸੀ ਕੰਮ ਉਹਨਾਂ ਦਾ ਤੁਹਾਡੇ ਕੀ ਲਿੰਕ ਸੀਗੇ ਜੀ ਰਿਲੇਸ਼ਨ ਇਹਦੇ ਨਾਲ ਸਿੱਧੂ ਚੌਥੀ ਕਲਾਸ 'ਚ ਆਇਆ ਸੀ ਸਾਡੇ ਨਾਲ ਵਿਦਿਆ ਭਾਰਤੀ ਸਕੂਲ 'ਚ ਤੁਹਾਡੇ ਕਲਾਸਮੇਟ ਸੀਗੇ ਹਾਂਜੀ ਮੈਂ ਸ਼ੁਰੂ ਤੋਂ ਪੜ੍ਹਦਾ ਸੀ ਅਤੇ ਚੌਥੀ ਕਲਾਸ 'ਚ ਆਏ ਸੀਗੇ ਅਤੇ ਉਹਨੂੰ ਵੀ ਨਹੀਂ ਸ਼ਾਇਦ ਪਤਾ ਸੀ ਕਿ ਮੈਂ ਵੱਡਾ ਸਿੰਗਰ ਹਾਂ ਉਹਨੂੰ ਵੀ ਨਹੀਂ ਸ਼ਾਇਦ ਪਤਾ ਹੀ ਨਹੀਂ ਸੀ ਲੋਹੜੀ ਮੇਰੇ ਨਾਲ ਮੇਰੇ ਕੋਲ ਵੀਡੀਓ ਵੀ ਪਈਆਂ ਨੇ ਹੁਣ ਮੋਬਾਈਲ 'ਚ ਮੈਂ ਤੁਹਾਨੂੰ ਦਿਖਾ ਵੀ ਕਰ ਸਕਦਾ ਸਾਡੇ ਨਾਲ ਨੱਚੀ ਜਾ ਰਹੇ ਨੇ ਫੋਟੋਆਂ 'ਚ ਹਾਂਜੀ ਬਚਪਨ ਨਾ ਨਿਕਲਿਆ ਲੋਹੜੀ ਮਨਾਈ ਸਾਡੇ ਗ੍ਰੀਨ ਵੈਲੀ 'ਚ ਨਾਲ ਹੀ ਨੱਚੀ ਆ ਰਹੇ ਨੇ ਸਾਡੇ ਤਿਲ ਮੰਗੇ ਮੰਮਾ ਤੋਂ ਕਹਿੰਦਾ ਆਂਟੀ ਤਿਲ ਲਈਓ ਮੈਂ ਲੋਹੜੀ 'ਤੇ ਤਿਲ ਪਾਉਣੇ ਨੇ ਕਿ ਬਹੁਤ ਪਰਿਵਾਰਕ ਰਿਲੇਸ਼ਨ ਬਸ ਜਿੱਦਣ ਇਹ ਭਾਣਾ ਵਰਤ ਗਿਆ ਸਾਨੂੰ ਮਰ ਗਿਆ ਮੇਰਾ ਭਾਈ ਵਿਛੜ ਗਿਆ ਮੇਰੇ ਨਾਲੋਂ ਕੁਛ ਟਾਈਮ ਤਾਂ ਸਾਨੂੰ ਯਕੀਨ ਹੀ ਨਹੀਂ ਆਇਆ ਕਿ ਆ ਹੋ ਕੀ ਗਿਆ ਸਾਨੂੰ ਬਿਲਕੁਲ ਪਤਾ ਹੀ ਨਹੀਂ ਲੱਗਿਆ ਤੁਹਾਨੂੰ ਐਂ ਸੀ ਕਿ ਫੇਕ ਹੈ ਨਿਊਜ਼ ਇਹ ਅਤੇ ਸਾਨੂੰ ਤਾਂ ਕੁਛ ਟਾਈਮ ਪਹਿਲਾਂ ਐਂ ਲੱਗਿਆ ਕਿ ਕੁਛ ਵੀ ਨਹੀਂ ਹੈਗਾ ਇਹ ਜਿਸ ਲੋਕਾਂ ਨੇ ਗੱਲ ਉਡਾਈ ਹੈਗੀ ਕਿਉਂਕਿ ਸਿੱਧੂ ਦੀਆਂ ਤੁਹਾਨੂੰ ਪਤਾ ਹੀ ਹੈ ਕੰਟਰੋਵਰਸੀ ਕਿੰਨੀਆਂ ਬਣਦੀਆਂ ਸੀਗੀਆਂ ਬੜੇ ਛੋਟੇ ਜਿਹੇ ਮੂਸਾ ਪਿੰਡ ਨੂੰ ਕਿੱਥੋਂ ਤੱਕ ਲੈ ਕੇ ਗਿਆ ਉਹ ਉਸ ਤੋਂ ਬਾਅਦ ਵੀ ਉਹ ਲੱਗਦਾ ਨਹੀਂ ਸੀ ਕਿ ਐਡਾ ਵੱਡਾ ਸਟਾਰ ਆ ਜਮਾਂ ਦੇਸੀ ਤਰੀਕੇ ਅੱਜ ਉਹ ਕੈਨੇਡਾ ਵੀ ਜਾ ਸਕਦਾ ਸੀ ਕਿਤੇ ਵੀ ਜਾ ਕੇ ਰਹਿ ਸਕਦਾ ਸੀ ਨਹੀਂ ਪਰ ਉਹਨੇ ਆਪਦਾ ਸ਼ਹਿਰ ਨਹੀਂ ਛੱਡਿਆ ਮਾਨਸ ਸਾਡਾ ਸਪੇਅਰ ਪਾਰਟ ਦਾ ਕੰਮ ਹੈ ਜੀ ਉੱਥੇ ਹੀ ਬੈਠਾ ਰਹਿੰਦਾ ਟਰੈਕਟਰ ਰਿਪੇਅਰ ਕਰਾਉਂਦਾ ਗਰਮੀ 'ਚ ਹੀ ਬੈਠਾ ਰਹਿੰਦਾ ਉੱਥੇ ਸਾਡੇ ਨਾਲ ਗੱਲਾਂ ਮਾਰਦੇ ਰਹਿੰਦੇ ਮਾਲੇ ਐਂ ਲੱਗਦਾ ਸੀ ਕਿ ਉਹਨੂੰ ਹੁਣ ਪਤਾ ਲੱਗੂ ਸ਼ਾਇਦ ਕਿ ਯਾਰ ਮੈਂ ਇੱਕ ਵੱਡੀ ਵੱਡੀ ਮਹਾਨ ਹਸਤੀ ਸੀਗੀ ਦੁਨੀਆ ਮਤਲਬ ਉਹਨੇ ਕਦੇ ਸ਼ੋਅ ਨਹੀਂ ਕੀਤਾ ਅਸਤਾ ਭਾਈ ਸਾਹਿਬ ਇਹੀ ਕਹਿੰਦੇ ਆ ਵੀ ਜ਼ਿੰਦਗੀ 'ਚ ਖੱਟਣਾ ਇਹ ਚੀਜ਼ ਖੱਟੋ ਕੋਈ ਰੁਪਿਆ ਨਾ ਖੱਟੋ ਕੋਈ ਰੁਪਏ ਦੀ ਵੈਲਿਊ ਨਹੀਂ ਅੱਜ ਦੇ ਜੋ ਵਿੱਚ ਮੇਰਾ ਭਾਣਜਾ ਇੱਕ ਇੰਗਲੈਂਡ ਹੈ ਮੈਂ ਉਹਨਾਂ ਨਾਲ ਗੱਲਾਂ ਕਰਦਾ ਰਹਿਣਾ ਅਤੇ ਮੈਂ ਕਹਿੰਦਾ ਕਹਿੰਦਾ ਮੈਨੂੰ ਕਹਿੰਦਾ ਮਾਮਾ ਮੂਸੇ ਵਾਲਾ ਮੈਂ ਕਿਹਾ ਮੂਸੇ ਵਾਲਾ ਤਾਂ ਯਾਰ ਸਾਡੇ ਆਮ ਹੀ ਹੈ ਕਹਿੰਦਾ ਨਹੀਂ ਯਾਰ ਮਾਮਾ ਆਮ ਤਾਂ ਹੈ ਨਹੀਂਗਾ ਕਹਿੰਦਾ ਸਾਡੇ ਦਾ ਜਦੋਂ ਆਉਂਦਾ ਕਿ ਸਾਨੂੰ ਤਾਂ ਲੱਗਦਾ ਮੂਸੇ ਵਾਲਾ ਆ ਗਿਆ ਮੂਸੇ ਵਾਲਾ ਆ ਗਿਆ ਇੰਗਲੈਂਡ ਮੈਂ ਨਹੀਂ ਯਾਰ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਸਾਡੇ ਨਾਲ ਤਾਂ ਐਂ ਗੱਲਾਂ ਕਰਦਾ ਜਿਵੇਂ ਕੋਈ ਆਮ ਬੰਦਾ ਹੁੰਦਾ ਕਹਿੰਦਾ ਮਾਮਾ ਜੀ ਤੁਸੀਂ ਇੱਕ ਵਾਰ ਇੰਗਲੈਂਡ ਆਓ ਤੁਹਾਨੂੰ ਹੁਣ ਦੱਸ ਦਿਆਂ ਮੂਸੇ ਵਾਲੇ ਦੀ ਕੀ ਵੈਲਿਊ ਹੈ ਮੈਂ ਕਿਹਾ ਸ਼ਾਇਦ ਇਹ ਵੈਲਿਊ ਤਾਂ ਮੈਂ ਕਿਹਾ ਫਿਰ ਮੂਸੇ ਵਾਲੇ ਨੂੰ ਹੀ ਨਹੀਂ ਪਤਾ ਮੈਂ ਕਿਹਾ ਉਹਨੂੰ ਅੱਛਾ ਜਦੋਂ ਇਹ ਇੰਸੀਡੈਂਟ ਹਾਦਸਾ ਹੁੰਦਾ ਮਤਲਬ ਉਹਦਾ 29 ਤਰੀਕ ਨੂੰ ਉਹਨੂੰ ਕਤਲ ਕੀਤਾ ਉਸ ਤੋਂ ਪਹਿਲਾਂ ਕਿੰਨੇ ਦਿਨ ਪਹਿਲਾਂ ਤੁਹਾਡੀ ਮੁਲਾਕਾਤ ਹੋਈ ਸੀ ਉਹਨਾਂ ਨਾਲ ਸਾਡੀ ਮੁਲਾਕਾਤ ਉਦੋਂ ਪਹਿਲਾਂ ਤਾਂ ਫਿਰ ਵੋਟਾਂ ਵਾਲੇ ਦਿਨ ਹੀ ਹੋਈ ਸੀ ਉਦੋਂ ਬਾਅਦ ਵਿਵਾਦ ਤਾਂ ਮੁਲਾਕਾਤ ਸਾਡੀ ਹੋਈ ਇਲੈਕਸ਼ਨਾਂ 'ਚ ਰਹੀ ਹੈ ਤੁਹਾਡੇ ਨਾਲ ਹੀ ਪੜਿਆ ਕੋਈ ਵਿਵਹਾਰ ਦੇ ਵਿੱਚ ਕੋਈ ਚੇਂਜ ਆ ਕਿ ਸੇਮ ਹੋ ਜਿਵੇਂ ਬਚਪਨ 'ਚ ਸੇਮ ਨਹੀਂ ਜੇ ਉਹਦੇ ਨਾਲ ਕੋਈ ਮਤਲਬ ਕਿ ਗੁੱਸੇ ਵੀ ਹੋ ਜਾਂਦਾ ਆਪ ਹੀ ਜਾ ਕੇ ਬਣਾਉਂਦਾ ਯਾਰ ਤੂੰ ਮੇਰੇ ਨਾਲ ਗੁੱਸੇ ਹੋਣ ਵਾਲਾ ਬੰਦਾ ਯਾਰ ਉਹ ਆਪ ਜਾ ਕੇ ਗਲਤੀ ਕਰਕੇ ਨਾ ਦੂਸਰਾ ਬੰਦਾ ਆਪ ਹੀ ਜਾ ਕੇ ਬਣਾਉਂਦਾ ਸੀ ਇੰਨੇ ਕਿੰਨੇ ਦੋਸਤ ਸੀ ਤੁਹਾਡੇ ਨਾਲ ਅਸੀਂ ਹੈਗੇ ਸੀ 17-18
जने कि सारे ने रोटी कट्ठे खानी है, चाहे कोई अचार लैके आता, कोई सब्जी लैके आता, कुछ भी खाना, पर रोटी तुम सारे ने कट्ठे खानी है। यह जहा व्याह से साइकिल पर आता सी 24 किलोमीटर तुर रोज़ का आना जाना, एग्जाम वाले छेती वेले हो जाते उ क्रिकेट खेडनी, ओही सी गग्गी हो की करदा है ठीक हो सारे। ਤੁਸੀਂ ਤਾਂ ਬਚਪਨ ਵੀ ਸਾਰਾ ਦੇਖਿਆ ਹੈ ਸਿੱਧੂ ਦੇ ਨਾਲ ਤੁਹਾਡੇ ਬੇਟੇ ਦੇ ਨਾਲ? ਹਾਂਜੀ 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 ਦੇਖਿਆ ਤਾਂ ਦੇਖਿਆ ਜਿਵੇਂ ਆਪਣੇ ਘਰ ਦਾ ਮੈਂਬਰ ਚਲਾ ਗਿਆ, ਸਾਨੂੰ ਤਾਂ ਇੰਨਾ ਫੀਲ ਹੋ ਰਿਹਾ। ਅਸਤਾ ਜੀ ਤੁਹਾਨੂੰ ਸੱਚ ਲਿਆ, ਉਹਨਾਂ ਮੁੰਡੇ ਨੂੰ ਡਾਕਟਰ ਦੇ ਬਠਿੰਡੇ ਵੀ ਮੈਕਸ 'ਚ ਦਿਖਾ ਕੇ ਆਇਆ, ਇੰਨੀ ਇੰਨੇ ਟੈਂਸ਼ਨ ਲਈ 15 ਦੇ। ਮੇਰਾ ਦੋਸਤ ਹੈ, ਮੈਂ ਉਹਨੂੰ ਵੀ ਅਸੀਂ ਪਾਣੀ ਪੱਤ ਭੇਜਾਓ, ਇੰਨੀ ਘਬਰਾਹਟ 'ਚ ਹੋ ਗਿਆ ਸੀ। असल गल जी आड़त सी ना साडे सामने घर आंदी है चंबे रूप, उस करके साडे घर वाली गल हुई हुई सी इन्हां नाल। हां जी साडी कलोनी च सी। हां जी एक बार देखा, एक बार देखा जी ट्रैक्टर चलाउंदे। एडा वड्डा स्टार सी, शो नहीं करदा सी कि मैं बिल्कुल ही नहीं जी, पता नहीं कि उन्हें दे फैरियां दे दिल विच आई, एडा कोई नूर हीरा अपने हिंदुस्तान दा खोलिया उन्होंने। सिद्धू भाई का जन्मदिन था, इसलिए हम आए थे यहाँ मानसा सिद्धू गांव में, और हमें बहुत दुख है कि ये आज हमारे बीच नहीं रहे। और अच्छे इंसान थे, लेकिन क्या करे, लोग ही ऐसे हैं आजकल की दुनिया में, इसलिए ये आज हमारे बीच में नहीं रहे। और बर्थडे था इनका, इसलिए हम उनके गांव आए हैं, मानसा गांव, मूसा गांव। नहीं पहले तो नहीं, फर्स्ट टाइम है जो हम इनके गांव आए हैं मूसा वाला, और ये कहना चाहूँगा बस थैंक यू। परिवार को पूरा इंसाफ मिलना चाहिए, जिनके जितने भी कातिल थे सारे के सारे पकड़ में आने चाहिए, और इन्होंने अच्छा ना कहे, और मेरी यही है कि ये जल्दी से जल्दी पकड़ में आए और पुलिस के जेल में जाएं, सभी ने फांसी होनी चाहिए, सख्त से सर कार्रवाई होनी चाहिए इनके ऊपर। मैं जी अमृतसर तो बिलोंग करता है, हाँ जी उतों आया था, मैं फर्स्ट टाइम आया, मैं मतलब विश्वास नहीं हो रहा भी इदा हो सकता है। हाँ ऐसी मतलब आना पहला सी आनी हो इस करके, तो अज उसके बर्थडे के आए से बाई दे, इस करके भी मतलब बहुत माड़ी गल है। हाँ जी बई, हाँ जी बहुत सख्त कार्रवाई, इंसाफ मिलना चाहिए बई जी इस चीज़ में। हाँ जी सर बहुत आ रहे हैं, देख लियो आप भी बहुत लोग आ रहे हैं इस चीज़ में, मतलब बहुत माड़ी बात है इसकी। मतलब बिल्कुल है, तुम देख लिया इन्हों का नज़दीकी परिवार है, ये इन्ह के नाल हो पढ़ता रहा बाई जी के नाल पढ़ता रहा, तो माता जी जड़े सके अखा भरिया हुई हंझू आदि रो रहे हैं अज कुरला रहे कि एक हिंदुस्तान का हीरा जड़ा इस दुनिया तो चला गया, अलविदा कह गया उन्होंने। पर कितना ना कि जेडे परिवार सिद्धू के नज़दीकी बहुत परिवार है जेडे नज़दीकी सके, पर जिन्हों के नाल पढ़िया होया वह भी इस सदमे चो हज तक बाहर ही निकल पा रहे। उम्मीद करते हैं आने वाले समय के सिद्धू के कातलों के खिलाफ सरकार यह जी कार्रवाई करे, ताकि दोबारा कोई इस तरीके का कतल ना करे। कैमरामैन गुरविंदर के नाल अमित शर्मा, डेली पोस्ट पंजाबी, पिंड मूसा, मानसा।